ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਮਰੀਕ ਸੈਣੀ ਅਤੇ ਇੱਕ ਮੈਂ ਕੱਲ੍ਹ ਰੀਲ ਪਾਈ ਸੀ ਗਾਣੇ ਦੀ, ਸ਼ੋਰਟ ਬਣਾ ਕੇ। ਮਿਊਜ਼ਿਕ ਡਿਸਕੋ ਪੋਪ ਜੋਨਰ ਤਾਂ ਗਾਣੇ ਦਾ, ਜਿਹੜਾ ਸਟਾਈਲ ਤਾਂ ਕਿੱਦਾਂ ਕੀ ਰੇਂਜ ਕੀਤਾ, ਕਿਵੇਂ ਕੀਤਾ, ਉਹ ਹੁਣ ਤੁਹਾਨੂੰ ਇਸ ਵੀਡੀਓ 'ਚ ਦਿਖਾਉਣ ਲੱਗਿਆ ਮੈਂ। ਆ ਜਾਓ ਚੱਲਦੇ ਹਾਂ ਆਪਾਂ ਆਪਣੀ ਸਕਰੀਨ 'ਤੇ ਅਤੇ ਦੇਖਦੇ ਹਾਂ ਕਿੱਦਾਂ ਕਿੱਦਾਂ ਜਿਹੜਾ ਆਪਾਂ ਨੇ ਕਿਵੇਂ ਕੀ ਯੂਜ਼ ਕੀਤਾ। ਸਭ ਤੋਂ ਪਹਿਲਾਂ ਮੈਂ ਲਿੱਤਾ ਇੱਕ ਗਿਟਾਰ, ਠੀਕ ਹੈ ਜੀ। ਇਹ ਜੀ ਇਹਦਾ ਜਿਹੜਾ ਸਕੇਲ ਹੈ, ਜੀ ਮੇਜਰ ਸਕੇਲ ਹੈ, ਜੀ ਮੇਜਰ 'ਚ ਆ ਤੁਸੀਂ ਦੇਖ ਸਕਦੇ ਹੋ, ਇੱਥੇ ਲਿਖਿਆ ਵਾ ਜੀ ਮੇਜਰ, ਠੀਕ ਹੈ ਜੀ। ਮੇਨ ਗਿਟਾਰ ਲੀਡ ਹੈ, ਕੰਟੀਨਿਊ ਚੱਲਦਾ ਰਹਿੰਦਾ ਹੈ ਗਾਣੇ ਦੇ ਪਿੱਛੇ ਪਿੱਛੇ। ਠੀਕ ਹੈ, ਇੱਕ ਉੱਪਰ ਗਿਟਾਰ ਮੈਂ ਹੋਰ ਲਾਇਆ ਵਾ, ਬੈਕਿੰਗ 'ਤੇ ਚੱਲਦਾ ਹੈ। ਇਹ ਸਾਊਂਡ ਥੋੜ੍ਹੀ ਜਿਹੀ ਘੱਟ ਸੁਣਨੇ 'ਚ ਘੱਟ ਹੁੰਦੀ ਹੈ, ਠੀਕ ਹੈ ਜੀ। ਉਸਤੇ ਬਾਅਦ ਇਹ ਹੋ ਗਿਆ, ਉਸਤੇ ਬਾਅਦ ਇੱਕ ਗਿਟਾਰ ਹੋਰ ਹੈ, ਇਹ ਵੀ ਸਾਰੇ ਸੈਂਪਲ ਹੈ ਕੋਈ। ਇਹ ਅਰੇਂਜ ਕੀਤੇ ਹੋਏ ਆ ਕੱਟ ਕੁੱਟ ਕਰਕੇ, ਹੈ ਨਾ। ਉਸਤੇ ਬਾਅਦ ਬੇਸ ਲਾਈਨ ਆ ਜਾਂਦੀ ਹੈ ਆਪਣੀ, ਇਹ ਬੇਸ ਲਾਈਨ ਹੈਗੀ ਹੈ ਜਿਹੜੀ ਆਪਣੀ, ਦੇਖੋ ਜੀ ਮੇਜਰ ਸਕੇਲ 'ਚ ਬਣੀ ਹੋਈ ਆ ਬੇਸਿਕ ਜੀ। ਉਸਤੇ ਬਾਅਦ ਇੱਕ ਮੈਂ ਵੋਕਲ ਰਿਕਾਰਡ ਕਰਕੇ ਬਣਾਏ ਸੀ, ਉਸਦੇ ਬਾਅਦ ਇੱਕ ਫੰਕ ਗਿਟਾਰ ਆ ਜਾਂਦਾ ਹੈ। ਠੀਕ ਹੈ ਜੀ, ਉਸਦੇ ਬਾਅਦ ਇੱਕ ਵੋਇਸ ਲਾਈ ਸੀ, ਇਹ ਆਰਕਿਡ ਪਲਗਨ 'ਚ ਬਣਾਈ ਵੀ, ਥੋੜ੍ਹਾ ਹੈਵੀ ਤਾਂ ਇਸ ਕਰਕੇ ਉਹਨੂੰ ਮੈਂ ਡਿਲੀਟ ਮਾਰਤਾ, ਇਹਨੂੰ ਰੈਂਡਰ ਮਾਰ ਲਿਆ ਤਾ। ਠੀਕ ਹੈ ਜੀ, ਇਹ ਕੁਛ ਲੱਗਿਆ ਵਾ। ਹੁਣ ਆਪਾਂ ਪਹਿਲਾਂ ਸੁਣਦੇ, ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਸੁਣਦੇ ਕਿਵੇਂ ਜਿਹੜਾ ਅਸੀਂ ਸਾਊਂਡ ਕਰਦੇ ਆ। ਉਹਦੇ ਤੋਂ ਬਾਅਦ ਆ ਜਾਂਦੀ ਆਪਣੀ ਹੁੱਕ ਲਾਈਨ ਅੱਗੇ। ਹੁੱਕ ਲਾਈਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹਨੂੰ ਕ੍ਰੋਸ 'ਚ ਇਹ ਦਿਆ ਵਾ, ਇੱਕ ਇਹ ਫਿਲਰ ਲਾਇਆ ਵਾ ਸਕਰੈਚ ਦਾ, ਇੱਕ ਰਿਵਰਸ ਆਪਣਾ ਸਕਰੈਚ, ਇਹ ਜਿਹੜਾ ਆਪਾਂ ਨੇ ਹਾਰ ਲਾਇਆ ਵਾ, ਇਹ ਕਿਆ ਕਹਿੰਦੇ ਆ ਇਹਨੂੰ, ਇਹ ਸਕਰੈਚ ਇੱਥੋਂ ਹੀ ਬੀਟ 'ਚੋਂ ਕੱਟਿਆ ਵਾ ਮੈਂ, ਇੱਥੇ ਲਾਸਟ 'ਚ ਵੱਜਦਾ ਹੁੰਦਾ, ਇਹਨੂੰ ਮੈਂ ਕਟਿੰਗ ਕਰਕੇ ਇੱਥੇ ਰੱਖ ਦਿਆ। ਆਹ ਲੂਪ ਸੁਣ ਲਓ ਪਹਿਲਾਂ, ਬੀਟ ਦਾ ਡਿਸਕੋ ਪੋਪ ਜਨਰ ਦਾ, ਠੀਕ ਹੈ, ਕੰਟੀਨਿਊ ਦਾ ਬਚਣ ਦਾ। ਉਸਦੇ ਬਾਅਦ ਇਸ ਨਾਲ ਉਹੀ ਬੇਸ ਲਾਈਨ ਐਡ ਹੋ ਜਾਂਦੀ ਹੈ, ਮਿਟਡ ਗਿਟਾਰ ਐਡ ਹੋ ਜਾਂਦਾ ਹੈ। ਇੱਕ ਇਹਦੇ ਨਾਲ ਮੈਂ ਲਾਤੇ ਸ਼ੇਕਰ, ਸੁਣੋ ਜਦੋਂ ਸ਼ੇਕਰ ਇਹਦੇ ਨਾਲ ਚੱਲਦੇ ਸਾਊਂਡ, ਦੇਖੋ ਕਿਵੇਂ ਕਰਦੇ। ਠੀਕ ਹੈ ਜੀ, ਇੱਥੇ ਮਿਟਡ ਗਿਟਾਰ ਦਾ ਛੋਟਾ ਸ਼ੋਟ ਲਾਏ ਹੋਏ ਆ, ਠੀਕ ਹੈ ਜੀ। ਲਾਸਟ 'ਚ ਆਪਣਾ ਟੈਗ ਆ ਸੈਣੀ ਮਿਊਜ਼ਿਕ, ਹੁੱਕ ਤੇ ਸੁਣਦੇ ਆ ਕਿਵੇਂ ਸਾਊਂਡ ਕਰਦਾ। ਜਦੋਂ ਮੈਂ ਇੰਨਾ ਕੁ ਬਣਾ ਲਿਆ ਤਾ ਨਾ, ਫਿਰ ਇਸ ਦੇ ਉੱਪਰ ਮੈਂ ਇਹਨੂੰ ਸੁਣ ਸੁਣ ਕੇ ਕੁਛ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਕੰਪੋਜ਼ ਕੀਤਾ ਇਸੀ ਦੇ ਉੱਪਰ,
ਠੀਕ ਹੈ, ਉਹ ਵੀ ਮੈਂ ਤੁਹਾਨੂੰ ਸਿਖਾਉਂਦਾ ਕੀ ਲਿਖਿਆ ਤਾ, ਉਹ ਤੁਸੀਂ ਵੈਸੇ ਸੁਣ ਚੁੱਕੇ ਹੋਣੇ ਇਸ 'ਚ, ਅਤੇ ਵੋਕਲ ਸੁਣਾ ਦਿੰਦਾ ਇਕੱਲੀ ਮੈਂ, ਇਸ 'ਤੇ ਕੀ ਵਰਡ ਲਿਖੇ ਤੇ ਕਿੱਦਾਂ ਫਿਰ ਇਹਨੂੰ ਕੰਪੋਜ਼ ਕੀਤਾ ਉਹ ਵੀ ਦੱਸ। ਜਿੰਨਾ ਚਿਰ ਸਾਹ ਚੱਲਦੇ ਚੇਤਾ ਤੇਰਾ ਆਉਂਦਾ ਰਹਿੰਦਾ ਏ, ਤੂੰ ਮੇਰੀ ਮੈਂ ਤੇਰਾ ਹੋ ਜਾਵੇ ਕਹਿੰਦਾ ਰਹਿੰਦਾ ਏ। ਜਿੰਨਾ ਚਿਰ ਸਾਹ ਚੱਲਦੇ ਚੇਤਾ ਤੇਰਾ ਆਉਂਦਾ ਰਹਿੰਦਾ ਏ, ਤੂੰ ਮੇਰੀ ਮੈਂ ਤੇਰਾ ਹੋ ਜਾਵੇ ਕਹਿੰਦਾ ਰਹਿੰਦਾ ਏ। ਤੇਰੇ ਤੋਂ ਇਲਾਵਾ ਸੋਹਣੀਏ ਮੁੰਡਾ ਦੇਖ ਹੋਰ ਨਾ ਤੱਕੂ, ਉਹ ਜਿੰਨਾ ਚਿਰ ਦਿਲ ਧੜਕੇ ਉਨਾ ਚਿਰ ਦਿਲ ਚ ਰੱਖੂ, ਜਿੰਨਾ ਚਿਰ ਦਿਲ ਧੜਕੇ ਉਨਾ ਚਿਰ ਤੈਨੂੰ ਦਿਲ ਚ ਰੱਖੂ। ਦੇ ਮਿਊਜ਼ਿਕ ਦੇ ਨਾਲ ਸੁਣਦੇ ਆ ਸ਼ੁਰੂ ਤੋਂ ਕਿਵੇਂ ਸਾਊਂਡ ਕਰਦਾ। ਚਿਰ ਸਾਹ ਚੱਲਦੇ ਚੇਤਾ ਤੇਰਾ ਆਉਂਦਾ ਰਹਿੰਦਾ ਏ, ਤੂੰ ਮੇਰੀ ਮੈਂ ਤੇਰਾ ਹੋ ਜਾਵੇ ਕਹਿੰਦਾ ਰਹਿੰਦਾ ਏ। ਜਿੰਨਾ ਚਿਰ ਸਾਹ ਚੱਲਦੇ ਚੇਤਾ ਤੇਰਾ ਆਉਂਦਾ ਰਹਿੰਦਾ ਏ, ਤੂੰ ਮੇਰੀ ਮੈਂ ਤੇਰਾ ਹੋ ਜਾਵੇ ਕਹਿੰਦਾ ਰਹਿੰਦਾ ਏ। ਤੇਰੇ ਤੋਂ ਇਲਾਵਾ ਸੋਹਣੀਏ ਮੁੰਡਾ ਦੇਖ ਹੋਰ ਨਾ ਤੱਕੂ, ਉਹ ਜਿੰਨਾ ਚਿਰ ਦਿਲ ਧੜਕੇ ਉਨਾ ਚਿਰ ਦਿਲ ਚ ਰੱਖੂ, ਉਨਾ ਚਿਰ ਦਿਲ ਧੜਕੇ ਉਨਾ ਚਿਰ ਤੈਨੂੰ ਦਿਲ ਚ ਰੱਖੂ। ਜੇ ਵਧੀਆ ਲੱਗੀ, ਜੇ ਕੁਛ ਸਿੱਖਣ ਨੂੰ ਮਿਲਿਆ ਮੇਰਾ ਵੀਰ ਲਾਈਕ ਜ਼ਰੂਰ ਕਰਿਓ, ਅਤੇ ਇੱਦਾਂ ਦੇ ਹੋਰ ਪ੍ਰੋਜੈਕਟ ਦੇਖਣ ਲਈ ਚੈਨਲ ਆਪਣਾ ਸਬਸਕ੍ਰਾਈਬ ਕਰੋ। ਬਹੁਤ ਜਲਦੀ ਗਾਣੇ ਵੀ ਲੇਕਰ ਆ ਰਿਹਾ, ਅਤੇ ਪ੍ਰੋਜੈਕਟ ਵੀ ਤੁਹਾਨੂੰ ਸਿੱਖਣ ਨੂੰ ਵੀ ਕੁਛ ਮਿਲੂੰਗਾ ਅਤੇ ਮੈਨੂੰ ਵੀ ਸਿੱਖਣ ਨੂੰ ਮਿਲਦਾ ਆ। ਅਤੇ ਕਮੈਂਟ ਕਰਦਿਆ ਕਰੋ ਜੇ ਕਿਸੇ ਵੀਡੀਓ ਦਾ ਟੋਪਿਕ ਚਾਹੀਦਾ ਮੇਰਾ ਵੀਰ, ਅਤੇ ਥੈਂਕ ਯੂ, ਓਕੇ, ਬਾਏ ਬਾਏ, ਪ੍ਰੈਕਟਿਸ ਕਰਦੇ ਰਹੋ, ਮਿਊਜ਼ਿਕ ਐਂਡ ਕੈਂਡ ਬਣਾਉਂਦੇ ਰਹੋ।